ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟੋਪਿਕ ਕਰਾਂਗੇ ਸ਼ੇਰ ਸ਼ਾਹ ਸੂਰੀ ਦਾ ਪ੍ਰਸ਼ਾਸਨ ਤੇ ਸਟੂਡੈਂਟਸ ਅਗਰ ਤੁਹਾਨੂੰ ਕੁਐਸਚਨ ਆਉਂਦਾ ਕਿ ਸ਼ੇਰ ਸ਼ਾਹ ਸੂਰੀ ਦਾ ਰਾਜ ਪ੍ਰਬੰਧ ਲਿਖੋ ਜਾਂ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਪ੍ਰਬੰਧਕੀ ਸੁਧਾਰ ਲਿਖੋ ਜਾਂ ਪ੍ਰਸ਼ਾਸਨਿਕ ਸੁਧਾਰ ਲਿਖੋ ਜੋ ਆਪਾਂ ਅਨਸਰ ਕਰਾਂਗੇ ਇਹੀ ਸਾਰੇ ਕੁਐਸਚਨਾਂ ਦਾ ਅਨਸਰ ਹੋਗਾ ਜਾਂ ਪ੍ਰਸ਼ਾਸਨ ਦਾ ਲੋਚਨਾਤਮਕ ਵਰਣਨ ਕਰੋ ਜਾਂ ਕਈ ਵਾਰ ਉਹਨੂੰ ਅਲੱਗ-ਅਲੱਗ ਕਰਕੇ ਪੁੱਛ ਲੈਂਦੇ ਨੇ ਜਿਵੇਂ ਸੈਨਿਕ ਪ੍ਰਬੰਧ ਦੱਸੋ ਸ ਤੋ ਇਹ ਵੀ ਕਹਿ ਸਕਦੇ ਨੇ ਕਿ ਪ੍ਰਸ਼ਾਸਨ ਦੀਆਂ ਵਿਸ਼ੇਸ਼ਤਾਵਾਂ ਦੱਸੋ ਹਾਂਜੀ ਆਪਾਂ ਅਨਸਰ ਕਰਦੇ ਆਂ ਸ਼ੇਰ ਸ਼ਾਹ ਸੂਰੀ ਤੁਸੀਂ ਇਹਦੇ ਵਿੱਚ ਜਾਣ ਪਛਾਣ ਦੇ ਵਿੱਚ ਨਾ ਸ਼ੇਰ ਸ਼ਾਹ ਸੂਰੀ ਬਾਰੇ ਜਿਹੜੇ ਕਿ ਵੇਰਵਾ ਦੇ ਸਕੋ ਉਹਦੇ ਵਿੱਚ ਸ਼ੇਰ ਸ਼ਾਹ ਸੂਰੀ ਦਾ ਅਸਲ ਨਾਮ ਜਿਵੇਂ ਫਰੀਦ ਸੀ ਠੀਕ ਹੈ ਤੇ ਤੇ ਜਿਹੜੇ ਕਿ ਉਹਦਾ ਬਚਪਨ ਦਾ ਨਾਮ ਤਾਂ ਫਰੀਦ ਖਾਨ ਹੋ ਗਿਆ ਉਸ ਤੋਂ ਬਾਅਦ ਜਿਹੜੇ ਕਿ ਉਹਦੇ ਪਿਤਾ ਦਾ ਨਾਮ हसन ਖਾਨ ਜਿੰਨਾ ਵੀ ਤੁਸੀਂ ਵੇਰਵਾ ਦੇ ਸਕੋ ਜਾਣ ਪਛਾਣ ਦੇ ਵਿੱਚ ਤੁਸੀਂ ਦੇ ਸਕਦੇ ਹੋ ਤੇ ਜਿਹੜਾ ਕਿ ਸ਼ੇਰ ਸ਼ਾਹ ਉਹ ਜਿਹੜੇ ਕਿ ਸ਼ੇਰ ਦੀ ਉਪਾਧੀ ਦਿੱਤੀ ਸੀ ਜਦੋਂ ਉਸਨੇ ਜਿਹੜੇ ਕਿ ਇੱਕ ਸ਼ੇਰ ਨੂੰ ਮਾਰਤਾ ਸੀ ਤਾਂ ਕਰਕੇ ਜਿਹੜੀ ਕਿ ਉਹਦੀ ਬਹਾਦਰੀ ਤੋਂ ਖੁਸ਼ ਹੋ ਕੇ ਬਹਾਦਰ ਖਾਂ ਬਹਾਦਰ ਖਾਂ ਨੇ ਫਰੀਦ ਨੂੰ ਜਿਹੜੇ ਕਿ ਮਤਲਬ ਕਿ ਇਹਦਾ ਨਾਮ ਪਹਿਲਾਂ ਫਰੀਦ ਖਾਂ ਸੀ ਸ਼ੇਰ ਖਾਂ ਦੀ ਉਪਾਧੀ ਦਿੱਤੀ ਸੀ ਤੇ ਸ਼ੇਰ ਸ਼ਾਹ ਸੂਰੀ ਇਹਨੇ ਜਿਹੜੇ ਕਿ ਆਪਣੇ ਲਗਾਇਆ ਸੀ ਸ਼ੇਰ ਸ਼ਾਹ ਕਦੋਂ ਕਹਿਲਾਉਣ ਲੱਗਾ ਸੀ ਉਪਾਧੀ ਇਹ ਹੀ ਦੱਸ ਸੀ ਜਦੋਂ ਉਹਦੇ ਚੌਥਾ ਲੜਾਈ ਹੋਈ ਸੀ ਹਿਮਾਯੂ ਦੇ ਨਾਲ ਹਿਮਾ ਚੌਸਾਂ ਦੀ ਲੜਾਈ ਹੋਈ ਸੀ 1538ਵੀ ਦੇ ਵਿੱਚ ਇਸ ਲੜਾਈ ਦੀ ਜਿੱਤ ਤੋਂ ਬਾਅਦ ਹੀ ਜਦੋਂ ਹਮਾਇੂਨ ਹਰਾਤਾ ਸੀ ਤਾਂ ਸ਼ੇਰ ਸ਼ਾਹ ਜਿਹੜੇ ਕਿ ਉਹ ਕਹਲਣ ਲੱਗੇ ਸੀ ਸ਼ਾਹ ਅਲੰਭਾਵਕੀ ਸੰਸਾਰ ਦਾ ਸਮਰਾਟ ਦੀ उपाधि धारण ਕੀਤੀ ਸੀ ਫਿਰ ਜਿਹੜੇ ਕਿ ਕਨੋਜ਼ ਦੀ ਲੜਾਈ ਜਿਸ ਨੂੰ ਬਿਲਗ੍ਰਾਮ ਦੀ ਲੜਾਈ ਵੀ ਕਹਿੰਦੇ ਨੇ ਇਹ ਹੋਈ ਸੀ 1540ਵੀ ਦੇ ਵਿੱਚ ਇਹਨਾਂ ਦੋਨਾਂ ਲੜਾਈਆਂ ਵਿੱਚ ਹਮਾਇੂਨ ਹਾਰ ਗਿਆ ਸੀ ਜਿਹੜੀ ਕਨੋਜ਼ ਦੀ ਲੜਾਈ ਸੀ ਬਿਲਗ੍ਰਾਮ ਦੀ ਲੜਾਈ ਇਸ ਲੜਾਈ ਤੋਂ ਬਾਅਦ ਜਿਹੜੇ ਕਿ ਉਸਨੇ ਸ਼ੇਰ ਸ਼ਾਹ ਸੂਰੀ ਨੂੰ ਸ਼ੇਰ ਸ਼ਾਹ ਸੂਰੀ ਨੇ ਜਿਹੜੇ ਹਮਾਇੂਨ ਨੂੰ ਜਿਹੜੇ ਕਿ ਰਾਜ ਘਰਾਣੇ ਤੋਂ ਜਿਹੜੇ ਕਿ ਕੱਟਤਾ ਸੀ ਤਾਂ ਉਹਦੀ ਰਾਜ ਗਦੀ ਨੂੰ ਹਾਸਿਲ ਕਰ ਲਿਆ ਸੀ ਤੇ ਇਸ ਲੜਾਈ ਨੂੰ ਫੈਸਲਾ ਕੋਨ ਲੜਾਈ ਵੀ ਕਿਹਾ ਜਾਂਦਾ ਹੈ ਇਸ ਇੰਟਰੋਡਕਸ਼ਨ ਤੋਂ ਬਾਅਦ ਫਿਰ ਤੁਸੀਂ ਅੱਗੇ ਦਾ ਜਿਹੜੇ ਕਿ ਸ਼ਾਸਨ ਪ੍ਰਣਾਲੀ ਸ਼ੁਰੂ ਕਰਨਾ ਮੀਨਸ ਇਹਦੇ ਪ੍ਰਸ਼ਾਸਨਿਕ ਸੁਧਾਰ ਸ਼ੁਰੂ ਕਰਨੇ ਨੇ ਪਹਿਲਾਂ ਇਹਦੇ ਵਿੱਚ ਆ ਜਾਊਗਾ ਕੇਂਦਰੀ ਸ਼ਾਸਨ ਪ੍ਰਣਾਲੀ ਕੇਂਦਰ ਦੇ ਵਿੱਚ ਸੁਲਤਾਨ ਸੁਲਤਾਨ ਨੂੰ ਤੁਸੀਂ ਜਿਹੜੇ ਕਿ ਇਹਦੇ ਵਿੱਚ ਸਮਰਾਟ ਵੀ ਲਿਖ ਸਕਦੇ ਹੋ ਰਾਜਾ ਰਾਜ ਦੀਆਂ ਸਾਰੀਆਂ ਸ਼ਕਤੀਆਂ ਸੇਰਸ਼ਾ ਸੂਰੀ ਦੇ ਕੋਲ ਕੇਂਦਰੀ ਸੀ ਇਹ ਜਿਹੜਾ ਸੁਲਤਾਨ ਵਾਲੇ ਪੁਆਇੰਟ ਨੇ ਕੇਂਦਰੀ ਸ਼ਾਸਨ ਪ੍ਰਬੰਧ ਚਾਹ ਪ੍ਰਾਂਤਕ ਰਾ ਲੋ ਹੁਣ ਇਹ ਸਾਰਿਆਂ ਦੇ ਮਤਲਬ ਕਿ ਨੇਮ ਥੋੜੇ ਡਿਫਰੈਂਸ ਹੋਣਗੇ ਵੀ ਉਸ ਸਮੇਂ ਦੇ ਵਿੱਚ ਕੀ ਕਿਹਾ ਜਾਂਦਾ ਉਸ ਸਮੇਂ ਦੇ ਵਿੱਚ ਕੀ ਕਹਿੰਦਾ ਸ ਇਹਨਾਂ ਦਾ ਕੰਮ ਸਭ ਦਾ ਇੱਕੋ ਗੱਲ ਹੋਊਗੀ ਸਾਰਿਆਂ ਦਾ ਉਹੀ ਵੇਰਵਾ ਦੇਣਾ ਹਰ ਇੱਕ ਦੇ ਵਿੱਚ ਜਿਹੜਾ ਸੁਲਤਾਨ ਵਾਲਾ ਪੁਆਇੰਟ ਆ ਉਹਦੇ ਵਿੱਚ ਆਪਾਂ ਨਹੀਂ ਹੀ ਪੁਆਇੰਟ ਦੇਣਾ ਕਿ ਸਾਰੀਆਂ ਸ਼ਕਤੀਆਂ ਦਾ ਮਾਲਕ ਸੁਲਤਾਨ ਹੁੰਦਾ ਸੀ ਸਮਰਾਟ ਹੁੰਦਾ ਸੀ ਤੇ ਉਹ ਜਿਹੜਾ ਸੈਨਾ ਦਾ ਅਧਿਕਾਰੀ ਵੀ ਹੁੰਦਾ ਸੀ ਰਾਜ ਦੇ ਜਿਹੜੇ ਮਹੱਤਵਪੂਰਨ ਅਹੁਦੇ ਹੁੰਦੇ ਸੀ ਉਹਨਾਂ ਦੀ ਨਿਯੁਕਤੀ ਵੀ ਜਿਹੜੇ ਕਿ ਖੁਦ ਸੁਲਤਾਨ ਦੁਆਰਾ ਕੀਤੀ ਜਾਂਦੀ ਸੀ ਤੇ ਜਦੋਂ ਵੀ ਉਹ ਚਾਹੇ ਕਿਸੇ ਨੂੰ ਵੀ ਪ੍ਰੋਮੋਸ਼ਨ ਕਰ ਸਕਦਾ ਸੀ ਜਾਂ ਕਿਸੇ ਨੂੰ ਵੀ ਅਹੁਦੇ ਤੋਂ ਹਟਾ ਸਕਦਾ ਸੀ ਤੇ ਉਹ ਰਾਜ ਦਾ ਸਭ ਤੋਂ ਵੱਡਾ ਨਿਆਤੇਸ਼ ਵੀ ਹੁੰਦਾ ਸੀ ਜਿਹਦਾ ਫੈਸਲਾ ਜਿਹੜਾ ਕਿ ਅੰਤਿਮ ਹੁੰਦਾ ਸੀ ਤੇ ਕਿਸੇ ਨਾਲ ਯੁੱਧ ਕਰਨਾ ਜਾਂ ਸੰਧੀ ਕਰਨੀ ਇਹ ਵੀ ਉਹਨੂੰ ਹੀ ਰਾਈਟ ਹੁੰਦਾ ਸੀ ਤੇ ਆਪਾਂ ਕਹਿ ਸਕਦੇ ਆ ਵੀ ਇੰਨੀਆਂ ਸਾਰੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਜਿਹੜੇ ਕਿ ਸ਼ੇਰ ਸ਼ਾਹ ਸੂਰੀ ਤਾਨਾ ਸ਼ਾਹ ਨਹੀਂ ਸੀ ਤੇ ਉਹਨੇ ਪਰਜਾ ਦੀ ਭਲਾਈ ਵੱਲ ਬਹੁਤ ਜ਼ਿਆਦਾ ਜਿਹੜੇ ਕਿ ਕਾਰਜ ਕੀਤੇ ਨੇ ਉਸ ਤੋਂ ਬਾਅਦ ਅਗਲਾ ਪੁਆਇੰਟ ਆ ਜਾਊਗਾ ਮੰਤਰੀ ਇਹ ਪਹਿਲਾਂ ਸੈਂਟਰ ਦੇ ਵਿੱਚ ਕਰ ਰਹੇ ਆਪਾਂ ਮੰਤਰੀਆਂ ਦੇ ਵਿੱਚ ਆ ਜਾਊਗਾ ਦੀਵਾਨੇ ਵਿਜ਼ਾਰਤ ਦੀਵਾਨੇ ਵਿਜ਼ਾਰਤ ਇਹ ਤੁਹਾਨੂੰ ਸ਼ਾਰਟ ਕੁਐਸਚਨ ਲਈ ਵੀ ਇੰਪੋਰਟੈਂਟ ਹੋਣਗੇ ਲਾਈਨਾਂ ਦੀਵਾਨੇ ਵਿਜ਼ਾਰਤ ਵਿੱਤ ਅਤੇ ਲਗਾਣ ਵਿਭਾਗ ਦਾ ਮੰਤਰੀ ਸੀ ਵਿੱਤ ਅਤੇ ਲਗਾਣ ਵਿਭਾਗ ਲਗਾਣ ਮੀਨਸ ਭੂਮੀਕਾਰ ਤੇ ਉਹ ਰਾਜ ਦੀ ਆਮਦਨ ਕਿੰਨੀ ਰਾਜ ਦੀ ਆਮਦਨ ਹੋ ਰਹੀ ਆ ਕਿੱਥੇ ਕਿੱਥੇ ਰਾਜ ਦੀ ਆਮਦਨ ਖਰਚ ਹੋ ਰਹੀ ਆ ਉਹ ਸਾਰਾ ਜਿਹੜੇ ਕੀ ਵੇਰਵਾ ਰੱਖਦਾ ਸੀ ਦੀਵਾਨੇ ਵਜ਼ਾਰਤ ਦੀਵਾਨੇ ਆਰिज ਦੀਵਾਨੇ ਆਰिज ਹੁੰਦਾ ਸੀ ਸੈਨਾ ਵਿਭਾਗ ਦਾ ਮੁਖੀ ਤੇ ਉਹਦਾ ਮੁੱਖ ਕੰਮ ਸੀ ਸੈਨਿਕਾਂ ਨੂੰ ਭਰਤੀ ਕਰਨਾ ਤੇ ਸੈਨਿਕਾਂ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਸੈਨਿਕਾਂ ਨੂੰ ਤਨਖਾਹ ਦੇਣਾ ਉਸ ਤੋਂ ਬਾਅਦ ਸੀ ਦੀਵਾਨੇ ਰਸਾਲਤ ਦੀਵਾਨੇ ਰਸਾਲਤ ਹੁੰਦਾ ਸੀ ਵਿਦੇਸ਼ ਮੰਤਰੀ ਤੇ ਉਹ ਰਾਜਦੂਤਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦਾ ਸੀ ਤੇ ਦੂਸਰੇ ਦੇਸ਼ਾਂ ਦੇ ਰਾਜਦੂਤ ਜਿਹੜੇ ਆਉਂਦੇ ਸਨ ਉਹਨਾਂ ਦਾ ਸਵਾਗਤ ਕਰਦਾ ਸੀ ਤੇ ਵਿਦੇਸ਼ੀ ਮਾਮਲਿਆਂ ਦੇ ਵਿੱਚ ਸ਼ਿਰਸ਼ਾ ਸੂਰੀ ਨੂੰ ਸਲਾਹ ਦਿੰਦਾ ਸੀ ਉਹ ਮੰਤਰੀ ਸੀ ਦੀਵਾਨੇ ਰਸਾਲਤ ਉਸ ਤੋਂ ਬਾਅਦ ਦੀਵਾਨੇ ਇਨਸ਼ਾ ਦੀਵਾਨੇ ਇਨਸ਼ਾ ਹੁੰਦਾ ਸੀ ਘਰੇਲੂ ਮੰਤਰੀ ਡੋਮੈਸਟਿਕ ਠੀਕਾ ਘਰੇਲੂ ਮੰਤਰੀ ਹੁੰਦਾ ਸੀ ਤੇ ਉਹ ਸਾਰੇ ਜਿਹੜੇ ਸਾਈ ਫਰਮਾਨ ਹੁੰਦੇ ਸੀ ਉਹਨਾਂ ਨੂੰ ਪ੍ਰਾਂਤਾਂ ਤੇ ਹੋਰ ਅਧਿਕਾਰੀਆਂ ਕੋਲ ਭੇਜਦਾ ਸੀ ਤੇ ਸਰਕਾਰੀ ਜਿਹੜੇ ਰਿਕਾਰਡਾਂ ਦੀ ਦੇਖਪਾਲ ਕਰਦਾ ਸੀ ਉਸ ਤੋਂ ਬਾਅਦ ਦੀਵਾਨੇ ਬਰੀਦ ਦੀਵਾਨੇ ਵਰੀਦ ਸੀ ਜਾਸੂਸੀ ਵਿਭਾਗ ਦਾ ਮੁਖੀ ਤੇ ਉਹ ਰਾਜ ਦੇ ਵਿੱਚ ਪਾਪਨ ਵਾਲੇ ਜਿੰਨੀਆਂ ਵੀ ਸਾਰੀਆਂ ਘਟਨਾਵਾਂ ਸੀ ਉਹਨਾਂ ਦੀ ਜਾਣਕਾਰੀ ਸ਼ੇਰ ਸ਼ਸਤਰੀ ਨੂੰ ਦੰਦਾ ਸੀ ਤੇ ਰਾਜ ਦੇ ਮਹੱਤਵਪੂਰਨ ਥਾਮਾਂ ਤੇ ਗੁਪਤਚਾਰਾਂ ਨੂੰ ਵੀ ਜਿਹੜੇ ਕਿ ਉਹ ਨਿਯੁਕਤ ਕਰਦਾ ਸੀ ਉਸ ਤੋਂ ਬਾਅਦ ਦੀਵਾਨੇ ਕਜ਼ਾ ਦੀਵਾਨੇ ਕਜ਼ਾ ਸੀ ਜਿਨਾਂ ਆਪਾਂ ਕਹਿ ਸਕਦੇ ਆ ਦੀ ਕਾਜ਼ੀ ਠੀਕ ਹੈ ਇਹਦਾ ਕੰਮ ਸੀ ਨਿਆਂ ਦਾ ਮੰਤਰੀ ਸੀ ਇਹ ਤੇ ਸਰਕਾਰਾਂ ਦੇ ਕਾਜ਼ੀਆਂ ਦੇ ਕੰਮਾਂ ਦੀ ਦੇਖਪਾਲ ਕਰਦਾ ਸੀ ਤੇ ਉਹਨਾਂ ਦੇ ਫੈਸਲਿਆਂ 'ਤੇ ਅਪੀਲਾਂ ਵੀ ਸੁਣਦਾ ਸੀ ਉਸ ਤੋਂ ਬਾਅਦ ਪ੍ਰਾਂਤਕ ਸ਼ਾਸਨ ਹਾਂਜੀ ਸ਼ੇਰ ਸ਼ਾਹ ਸੂਰੀ ਦੇ ਰਾਜ ਦੀ ਸਭ ਤੋਂ ਵੱਡੀ ਜਿਹੜੀ ਸ਼ਾਸਕੀ ਇਕਾਈ ਸੀ ਪ੍ਰਾਂਤ ਸਟੇਟ ਠੀਕ ਹੈ ਸਟੇਟ ਸੀ ਤੇ ਉਹਨੇ ਆਪਣੇ ਰਾਜ ਨੂੰ 12 ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਸ਼ੇਰ ਸ਼ਾਹ ਸੂਰੀ ਦੇ ਕਿੰਨੇ ਪ੍ਰਾਂਤ ਸੀ 12 ਪ੍ਰਾਂਤ ਸੀ ਜਿਵੇਂ ਅਕਬਰ ਦੇ 15 ਸੀ ਤੇ ਇਹਨਾਂ ਪ੍ਰਾਂਤਾਂ ਦਾ ਅਧਿਕਾਰੀ ਹੁੰਦਾ ਸੀ ਸੁਬੇਦਾਰ ਠੀਕ ਹੈ ਪ੍ਰਾਂਤਾਂ ਦਾ ਜਿਹੜੇ ਕਿ ਸਟੇਟਸ ਦਾ ਅਧਿਕਾਰੀ ਹੁੰਦਾ ਸੀ ਸੂਬੇਦਾਰ ਤੇ ਸ਼ੇਰ ਸ਼ਾ ਸੁਣੀ ਨੇ ਬੰਗਾਲ ਨੂੰ ਆਪਣਾ ਸਟੇਟ ਨਹੀਂ ਬਣਾਇਆ ਹੋਇਆ ਸੀ ਤੇ ਉਹਨੇ ਬੰਗਾਲ ਦੀ ਵੰਡ ਸਰਕਾਰਾਂ ਵਿੱਚ ਸਰਕਾਰਾਂ ਅੱਗੇ ਕੀ ਸੀ ਸਭ ਤੋਂ ਪਹਿਲਾਂ ਦੇਖੋ ਇਹਦੇ ਵਿੱਚ ਆਉਂਦਾ ਕੇਂਦਰ ਕੇਂਦਰ ਤੋਂ ਬਾਅਦ ਅੱਗੇ ਜਿਹੜੀ ਡਿਵਾਈਡ ਕਰੂਗਾ ਇਹ ਪ੍ਰਾਂਤ ਪ੍ਰਾਂਤ ਤੋਂ ਬਾਅਦ ਅੱਗੇ ਸਰਕਾਰਾਂ ਤਾਂ ਆਪਾਂ ਸਰਕਾਰਾਂ ਕਹਿ ਸਕਦੇ ਹਾਂ ਜ਼ਿਲ੍ਹੇ ਠੀਕ ਹੈ ਸੈਂਟਰ ਹੋ ਗਿਆ ਪ੍ਰਾਂਤ ਹੋ ਗਏ ਆਪਣੇ ਸਟੇਟ ਤੇ ਉਸ ਤੋਂ ਬਾਅਦ ਅੱਗੇ ਆਉਂਦੇ ਹੁੰਦੇ ਨੇ ਜ਼ਿਲ੍ਹਾ ਤਾਂ ਜ਼ਿਲ੍ਹਿਆਂ ਨੂੰ ਉਸ ਟਾਈਮ ਦੇ ਵਿੱਚ ਕੀ ਕਿਹਾ ਗਿਆ ਸਰਕਾਰ ਠੀਕ ਹੈ ਤਾਂ ਉਹਨੇ ਬੰਗਾਲ ਨੂੰ ਕਿਹਦੇ ਵਿੱਚ ਵੰਡਿਆ ਹੋਇਆ ਸੀ ਸਰਕਾਰਾਂ ਵਿੱਚ ਵੰਡਿਆ ਹੋਇਆ ਸੀ ਬੰਗਾਲ ਦੇ ਵੰਡ ਤੇ ਇਹਦਾ ਵੀ ਇੱਕ ਖਾਸ ਕਾਰਨ ਸੀ ਜਦੋਂ ਬੰਗਾਲ ਦੇ ਸੁਬੇਦਾਰ ਜਿਹੜਾ ਖਿਜਰ ਖਾਨ ਇਹ ਬੰਗਾਲ ਦਾ ਸ਼ਾਸਕ ਸੀ ਸਾਬਕਾ ਸ਼ਾਸਕ ਉਹਦੀ ਬੇਟੀ ਨਾਲ ਵਿਆਹ ਕਰਕੇ ਬੰਗਾਲ ਦੇ ਰਾਜ ਸਿੰਘਾਂ ਸੰਦੇ ਆਪਣਾ ਦਾਵਾ ਪੇਸ਼ ਕਰ ਰਿਹਾ ਸੀ ਤਾਂ ਸੁਤੰਤਰ ਬਣਨਾ ਚਾਹੁੰਦਾ ਸੀ ਤਾਂ ਸ਼ਿਰਸ਼ਾ ਸੁਰੀ ਨੇ ਉਸ ਦੀ ਸੁਤੰਤਰਤਾ ਖਤਮ ਕਰਕੇ ਬੰਗਾਲ ਨੂੰ ਸਰਕਾਰਾਂ ਚ ਵੰਡਤਾ ਤਾਂ ਇਹਨਾਂ ਸਰਕਾਰਾਂ ਦੇ ਵਿੱਚ ਵਕ ਵਕ ਅਫਗਾਨ ਅਧਿਕਾਰੀ ਨੁਕਤ ਕੀਤੇ ਗਏ ਸੀ ਤੇ ਸਾਰੇ ਅਧਿਕਾਰੀ ਆਪਣੇ ਰਾਜਨੀਤਿਕ ਦਰਜੇ ਵਿੱਚ ਬਰਾਬਰ ਤੇ ਸੁਤੰਤਰ ਹੁੰਦੇ ਸੀ ਅਗਰ ਤਾਂ ਤੁਹਾਨੂੰ ਇਹ ਬੰਗਾਲ ਵਾਲਾ ਲਾਈਨਰ ਯਾਦ ਰਹਿ ਗਿਆ ਠੀਕ ਹੈ ਨਹੀਂ ਤੁਸੀਂ ਸਿਰਫ ਇੰਨਾ ਕਰ ਸਕਦੇ ਹੋ ਕਿ ਪ੍ਰਾਂਤਾਂ ਨੂੰ ਮਤਲਬ ਕਿ ਜਿਹੜਾ ਕਿ ਕੇਂਦਰ ਸਰਕਾਰ ਨੂੰ ਅੱਗੇ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਤੇ ਪ੍ਰਾਂਤਾਂ ਜਿਹੜੇ ਕਿ ਵੱਡੀ ਕਾਈ ਹੁੰਦੀ ਸੀ ਤੇ ਇਹਨੂੰ 12 ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ ਤੇ ਇਹਦਾ ਅਧਿਕਾਰੀ ਕੌਣ ਹੁੰਦਾ ਸੀ ਸੁਬੇਦਾਰ ਹੁੰਦਾ ਸੀ ਬਸ ਤੁਸੀਂ ਇੱਥੇ ਤੱਕ ਕਰ ਲੈਣਾ ਦਨ ਉਸ ਤੋਂ ਬਾਅਦ ਆਪਾਂ ਹੁਣ ਸਰਕਾਰਾਂ ਵਾਲਾ ਪ੍ਰਵਾਹ ਹਾਂਜੀ ਅੱਗੇ ਆਊਗਾ ਸਰਕਾਰਾਂ ਦਾ ਪ੍ਰਬੰਧ ਤਾਂ ਸ਼ਾਸਨ ਪ੍ਰਣਾਲੀ ਦੀ ਸਹੂਲਤ ਲਈ ਸ਼ਿਰਸ਼ਾ ਸੁਰੀ ਨੇ ਸਾਮਰਾਜ ਨੂੰ 66 ਸਰਕਾਰਾਂ ਵਿੱਚ ਵੰਡਿਆ ਹੋਇਆ ਸੀ ਸਰਕਾਰਾਂ ਆਯੂਕਤ ਤੁਸੀਂ ਸਮਝ ਗਏ ਹੋਵੋਗੇ ਜਿਵੇਂ ਸਭ ਤੋਂ ਪਹਿਲਾਂ ਆਪਣੇ ਅ ਪ੍ਰਸ਼ਾਸਨ ਦੇ ਵਿੱਚ ਸੈਂਟਰ ਸਰਕਾਰਾਂ ਦੇ ਸੈਂਟਰ ਸਰਕਾਰ ਦੇ ਵਾਲਾ ਸਟੇਟ ਸਰਕਾਰ ਸਟੇਟ ਸਰਕਾਰ ਦੇ ਵਿੱਚ ਆਪਣੇ ਜਿਹੜੇ ਕਿ ਸਟੇਟਸ ਆ ਗਏ ਠੀਕ ਹੈ ਦੰ ਉਸ ਤੋਂ ਬਾਅਦ ਫਿਰ ਆਉਗੇ ਆਪਣੇ ਹੁੰਦੇ ਨੇ ਜ਼ਿਲ੍ਹੇ-ਜ਼ਿਲ੍ਹਿਆਂ ਤੋਂ ਅੱਗੇ ਤਹਿਸੀਲ-ਤਹਿਸੀਲਾਂ ਤੋਂ ਅੱਗੇ ਆਉਂਦੇ ਨੇ ਆਪਣੇ ਪਿੰਡ ਸੇਮ ਉਸੇ ਤਰ੍ਹਾਂ ਜਿਹੜੇ ਕਿ ਪਹਿਲਾਂ ਸੈਂਟਰ ਸਰਕਾਰ ਕੇਂਦਰੀ ਸਰਕਾਰ ਹੋ ਗਈ ਫਿਰ ਉਸ ਤੋਂ ਬਾਅਦ ਆ ਜਿਹੜੇ ਕਿ ਅੱਗੇ ਆਊਗਾ ਪ੍ਰਾਂਤਕ ਪ੍ਰਾਂਤ ਆਪਣੇ ਪੜ ਲੈ ਫਿਰ ਅੱਗੇ ਸਰਕਾਰਾਂ ਮੀਨਜ਼ ਜ਼ਿਲ੍ਹੇ ਠੀਕ ਹੈ ਫਿਰ ਆਉਣਗੇ ਪ੍ਰਗਨਨੇ ਜਿਵੇਂ ਤਹਿਸੀਲ ਹੋਗੇ ਫਿਰ ਅੱਗੇ ਆਊਗਾ ਪਿੰਡਾਂ ਦਾ ਪ੍ਰਬੰਧ ਹਾਂਜੀ 66 ਸਰਕਾਰਾਂ ਵਿੱਚ ਵੰਡਿਆ ਹੋਇਆ ਸੀ ਹਰ ਇੱਕ ਦੇ ਵਿੱਚ ਦੋ ਮੁੱਖ ਅਧਿਕਾਰੀ ਹੁੰਦੇ ਸੀ ਇੱਕ ਸ਼ਿਕਦਾਰ ਏ ਸ਼ਿਕਦਾਰਾਂ ਤੇ ਇੱਕ ਮੁਨਸੀਫੇ ਮੁਨਸੀਫਾਂ ਠੀਕ ਹੈ ਹਾਂਜੀ ਸ਼ਿਕਦਾਰ ਇਹ ਸ਼ਿਕਦਾਰਾਂ ਇਹਦਾ ਮੁੱਖ ਕੰਮ ਸੀ ਸਰਕਾਰਾਂ ਵਿੱਚ ਸ਼ਾਂਤੀ ਕਾਇਮ ਰੱਖਣਾ ਸ਼ਾਂਤੀ ਬਣਾ ਕੇ ਰੱਖਣਾ ਤੇ ਪ੍ਰਗਣੇ ਦੇ ਜਿਹੜੇ ਸ਼ਿਕਦਾਰ ਸੀ ਉਹ ਮਤਲਬ ਕਿ ਉਹਨਾਂ ਦੇ ਅੰਡਰ ਜਿਹੜੇ ਅੱਗੇ ਸੀ ਉਹਨਾਂ ਤੇ ਨਿਗਰਾਨੀ ਰੱਖਣਾ ਤੇ ਫੌਜਦਾਰੀ ਮੁਕੱਦਮੇ ਦਾ ਫੈਸਲਾ ਕਰਵਾਉਣਾ ਤੇ ਮੁਕੱਦਮੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਫੌਜਦਾਰੀ ਹੁੰਦੇ ਨੇ ਇੱਕ ਦਿਵਾਨੀ ਹੁੰਦੇ ਨੇ ਤੇ ਫੌਜਦਾਰੀ ਮੁਕੱਦਮੇ ਹੁੰਦੇ ਨੇ ਜਿਹਦੇ ਵਿੱਚ ਜਾਨੀ ਨੁਕਸਾਨ ਹੋਵੇ ਮੀਨਸ ਕਿਸੇ ਦੀ ਡੈਥ ਵਗੈਰਾ ਹੋ ਜਾਵੇ ਉਹ ਹੁੰਦਾ ਜਾਨੀ ਜਾਨੀ ਨੁਕਸਾਨ ਤਾਂ ਉਹ ਹੁੰਦਾ ਫੌਜਦਾਰੀ ਮੁਕੱਦਮਾ ਤੇ ਜਿਹੜਾ ਵੈਸੇ ਆਪਣਾ ਘਰੇਲੂ ਲੜਾਈ ਝਗੜੇ ਹੁੰਦੇ ਨੇ ਉਹ ਆ ਜਾਣਗੇ ਜਿਹੜੇ ਕਿ ਦਿਵਾਨੀ ਮੁਕੱਦਮੇ ਦੇ ਵਿੱਚ ਠੀਕ ਹੈ ਹਾਂਜੀ ਅੱਗੇ ਹੈਗਾ ਮੁਨਸੀਫ ਇਹ ਮੁਨਸੀਫਾਨ ਇਹ ਲਗਾਨ ਇਕੱਠਾ ਕਰਦਾ ਸੀ ਤੇ ਸਬੰਧਿਤ ਅਧਿਕਾਰੀਆਂ ਦੇ ਕੰਮਾਂ ਦੀ ਦੇਖਭਾਲ ਕਰਦਾ ਸੀ ਤੇ ਪ੍ਰਗਨਨੇ ਦੇ ਮੁਨਸੀਫ ਤੇ ਨਿਗਰਾਨੀ ਰੱਖਦਾ ਸੀ ਤੇ ਇਹਨਾਂ ਤੋਂ ਇਲਾਵਾ ਦਿਵਾਨੀ ਮੁਕੱਦਮਿਆਂ ਦਾ ਫੈਸਲਾ ਵੀ ਕਰਦਾ ਸੀ ਅੱਗੇ ਆ ਜੂਗਾ ਪ੍ਰਗਨਿਆਂ ਦਾ ਪ੍ਰਬੰਧ ਸਰਕਾਰਾਂ ਨੂੰ ਅੱਗੇ ਪ੍ਰਗਨਿਆਂ ਵਿੱਚ ਵੰਡਿਆ ਹੋਇਆ ਸੀ ਤੇ ਇਹਦੇ ਵੀ ਦੋ ਅਧਿਕਾਰੀ ਹੁੰਦੇ ਸੀ ਇੱਕ ਅਸ਼ਿਕਦਾਰ ਠੀਕ ਹੈ ਤੇ ਮੁਨਸੀਫ ਇੱਥੇ ਵੀ ਆਈ ਸੀ ਸ਼ਿਕਦਾਰ ਤੇ ਮੁਨਸੀਬ ਇੱਥੇ ਨਾਲ ਸ਼ਿਕਦਾਰ ਦੇ ਇਹ ਸ਼ਿਕਦਾਰਾਨ ਸੀ ਜਿਵੇਂ ਸੈਂਟਰਸ ਰਗਾਰ ਦੇ ਵਿੱਚ ਲੱਗ ਹੁੰਦਾ ਪ੍ਰਾਂਤਾਂ ਦੇ ਵਿੱਚ ਲੱਗ ਹੁੰਦਾ ਮੁਗਲ ਸ਼ਾਸਨ ਦੇ ਵਿੱਚ ਆਇਆ ਹੈ ਮੈਨਾ ਤਾਂ ਇਹਦੇ ਵਿੱਚ ਸੀ ਸ਼ਿਕਦਾਰ ਆਨਲੀ ਮੁਨਸੀਫ ਸ਼ਿਕਦਾਰ ਦਾ ਕੰਮ ਸੇਮ ਕੰਮ ਸਭ ਦੇ ਸੇਮ ਹੋਣਗੇ ਪਰਗਾਨੇ ਵਿੱਚ ਸ਼ਾਂਤੀ ਕਾਇਮ ਕਰਨਾ ਜਿਹੜੇ ਵੀ ਸ਼ਾਹੀ ਫਰਮਾਨ ਨੇ ਆਰਡਰ ਨੇ ਉਹਨਾਂ ਨੂੰ ਲਾਗੂ ਕਰਵਾਉਣਾ ਜਿਹੜੇ ਇਸ ਤੋਂ ਇਲਾਵਾ ਕੁਝ ਸੈਨਿਕ ਵੀ ਰੱਖੇ ਜਾਂਦੇ ਸੀ ਤੇ ਉਹ ਮੁਨਸੀਫ ਨੂੰ ਉਸ ਦੇ ਕੰਮ ਦੇ ਵਿੱਚ ਸਹਾਇਕ ਦਿੰਦੇ ਸੀ ਤੇ ਫੌਜਦਾਰੇ ਮੁਕੱਦਮਿਆਂ ਦਾ ਫੈਸਲਾ ਕਰਦਾ ਸੀ ਅੱਗੇ ਮੁਨਸੀਫ ਮੁਨਸੀਫ ਦਾ ਮੁੱਖ ਕੰਮ ਧਰਤੀ ਦੀ ਪੈਮਾਈਸ਼ ਕਰਵਾਉਣਾ ਸੀ ਤੇ ਧਰਤੀ ਸੰਬੰਧੀ ਤੇ ਹੋਰ ਜਿਹੜੇ دیਵਾਨੀ ਮੁਕੱਦਮੇ ਹੁੰਦੇ ਸੀ ਉਹਨਾਂ ਦਾ ਫੈਸਲਾ ਕਰਵਾਉਣਾ ਸੀ ਤੇ ਧਰਤੀਕਾਰ ਟੈਕਸ ਇਕੱਠਾ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਂਦਾ ਸੀ ਤੇ ਇੱਕ ਖਜ਼ਾਨਦਾਰ ਉਪਰਗੰਨੇ ਦੀ ਸਾਰੀ ਆਮਦਨ ਤੇ ਖਰਚ ਦਾ ਹਿਸਾਬ-ਕਿਤਾਬ ਰੱਖਦਾ ਸੀ ਤੇ ਉਹਨੂੰ ਸਹਾਇਕ ਦੇਣ ਲਈ ਕਾਰਕੁਨ ਕਲਰਕਾਂ ਨੂੰ ਨਿਯੁਕਤ ਕੀਤਾ ਜਾਂਦਾ ਸੀ ਹਾਂਜੀ ਪਿੰਡਾਂ ਦਾ ਸ਼ਾਸਨ ਪ੍ਰਬੰਧ ਸ਼ੇਰशाह ਦੇ ਸ਼ਾਸਨ ਕਾਲ ਦੇ ਵਿੱਚ ਪਿੰਡ ਸਭ ਤੋਂ ਛੋਟੇ ਕਾਈ ਸੀ ਤਾਂ ਪਿੰਡ ਪੰਚਾਇਤ ਸ਼ੇਰशाह ਸੁਲਤਾਨ ਨੇ ਪਿੰਡ ਦੇ ਮਾਮਲੇ ਵਿੱਚ ਕੋਈ ਵੀ ਦਖਲ ਨਹੀਂ ਦਿੱਤਾ ਪਿੰਡ ਦਾ ਸ਼ਾਸਨ ਪ੍ਰਬੰਧ ਪੰਚਾਇਤ ਅਦੇ ਚੋਲ ਹੀ ਰਿਹਾ ਤੇ ਇਸ ਦੇ ਮੈਂਬਰ ਪਿੰਡ ਦੇ ਬਜ਼ੁਰਗ ਹੁੰਦੇ ਸੀ ਤੇ ਪੰਚਾਇਤ ਪਿੰਡ ਦੇ ਝਗੜਿਆਂ ਨੂੰ ਪਟਾਉਂਦੀ ਸੀ ਤੇ ਸਫਾਈ ਦਾ ਧਿਆਨ ਰੱਖਦੀ ਸੀ ਮੁਕਦਮਾ ਤੇ ਪਟਵਾਰੀ ਹਾਂਜੀ ਮੁਕੱਦਮ ਪਿੰਡ ਦਾ ਪ੍ਰਮੁੱਖ ਅਧਿਕਾਰੀ ਸੀ ਤੇ ਉਹ ਭੂਮੀ ਨੂੰ ਭੂਮੀ ਟੈਕਸ ਨੂੰ ਇਕੱਠਾ ਕਰਦਾ ਸੀ ਤੇ ਚੌਂਕੀਦਾਰੀ ਦੀ ਸਹਾਇਤਾ ਨਾਲ ਪਿੰਡ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਦਾ ਸੀ ਤੇ ਪਿੰਡ ਦੇ ਵਿੱਚ ਇੱਕ ਪਟਵਾਰੀ ਵੀ ਹੁੰਦਾ ਸੀ ਜਿਸ ਦਾ ਮੁੱਖ ਕਾਰਜ ਸੀ ਭੂਮੀ ਦਾ ਰਿਕਾਰਡ ਰੱਖਣਾ ਅੱਗੇ ਸੀ ਭੂਮੀਕਰ ਹਾਂਜੀ ਭੂਮੀਕਰ ਦੇ ਵਿੱਚ ਇਹਨੂੰ ਤੁਸੀਂ ਮਾਲੀਆ ਰਿਕਾਰਡ ਵੀ ਲਿਖਿਆ ਮਾਲੀਆ ਜਿਹੜੇ ਕਿ ਸੁਧਾਰਵੀਲ ਕਹਿ ਸਕਦੇ ਇਹਨੂੰ ਮਾਲੀਆ ਸੁਧਾਰ ਜਾਂ ਲਗਾਨ ਸੰਬੰਧੀ ਸੁਧਾਰ ਇਦੇ ਵਿੱਚ ਸੀ ਭੂਮੀ ਦੀ ਪਮਾਇਸ਼ ਸਭ ਤੋਂ ਪਹਿਲਾਂ ਜਿਹੜੀ ਕਿ ਭੂਮੀ ਦੀ ਪਮਾਇਸ਼ ਕਰਵਾਈ ਗਈ ਸ਼ੇਰਸ਼ਾ ਸ਼ੂਰੀ ਨੇ ਮਾਲਵਾ ਤੇ ਰਾਜਪਤਾਨਾ ਤੋਂ ਇਲਾਵਾ ਜਿਹੜੇ ਸਮੁੱਚਾ ਉਹਦਾ ਰਾਜ ਸੀ ਉਹਦੇ ਸਾਰੀ ਜਿਹੜੀ ਖੇਤੀ ਜੋਗ ਭੂਮੀ ਸੀ ਉਹਦੀ ਪਮਾਇਸ਼ ਕਰਵਾਈ ਤੇ ਪਮਾਇਸ਼ ਕਰਵਾਉਣ ਦੇ ਲਈ 32 ਉਂਗਲ ਦਾ ਜਿਹੜੀ ਕਿ ਗਾਜ ਵਰਤਿਆ ਗਿਆ ਤੇ ਇਹ ਗਾਜ ਰਸਤੇ ਦਾ ਬਣਿਆ ਪਾਉਂਦਾ ਸੀ ਤੇ ਇਹਦੀ ਵਰਤੋਂ ਸਭ ਤੋਂ ਪਹਿਲਾਂ ਸਿਕੰਦਰ ਲੋਧੀ ਨੇ ਕੀਤੀ ਸੀ ਫਿਰ ਉਸ ਤੋਂ ਬਾਅਦ ਭੂਮੀ ਦਾ ਵਰਗੀਕਰਨ ਸ਼ੇਰਸ਼ਾ ਸ਼ੂਰੀ ਨੇ ਆਪਣੀ ਉਪਜ ਦਾ ਸਹੀ ਅਨੁਮਾਨ ਲਗਾਉਣ ਦੇ ਲਈ ਤਿੰਨ ਫਾਂਟ ਤਰੀਕੇ ਨਾਲ ਭੂਮੀ ਦੀ ਵੰਡ ਕੀਤੀ ਇੱਕ ਉੱਤਮ ਦਰਜ ਦੀ ਜਿਹੜੇ ਸਭ ਤੋਂ ਵਧੀਆ ਹੁੰਦੀ ਸੀ ਇੱਕ ਦਰਮਿਆਨੀ ਜਿਹੜੀ ਵਿਚਕਾਰ ਵਾਲੀ ਹੁੰਦੀ ਸੀ ਤੇ ਇੱਕ ਹੀਣ ਭਾਵ ਕੀ ਘਟੀਆ ਦਰਜੇ ਦੀ ਸੀ ਤੇ ਤਿੰਨਾਂ ਦੀ ਜਿਹੜੇ ਕਿ ਇਹਨਾਂ ਦੇ ਔਸਤ ਕੱਢ ਕੇ ਉਪਜ ਦਾ ਜਿਹੜੇ ਕਿ ਪਤਾ ਲਗਾ ਕੇ ਫੇਰ ਹੀ ਜਿਹੜੇਗੇ ਟੈਕਸ ਲਿਆ ਜਾਂਦਾ ਸੀ ਮਤਲਬ ਕਿ ਜਿਹੜੇ ਸਭ ਤੋਂ ਵਧੀਆ ਸੀ ਉੱਤਮ ਸੀ ਉਹ ਤੋਂ ਵੱਧ ਹੋਊਗਾ ਦਰਮਿਆਨੀ ਤੋਂ ਠੀਕ ਫਿਰ ਉਸ ਤੋਂ ਬਾਅਦ ਜਿਹੜੀ ਘਟੀਆ ਹੁੰਦੀ ਸੀ ਉਹ ਤੋਂ ਘੱਟ ਰੋ ਲਿਆ ਜਾਂਦਾ ਸੀ ਭੂਮੀ ਕਰ ਹਾਂਜੀ ਭੂਮੀ ਕਰ ਕੀ ਤੋਂ ਕਿੰਨਾ ਲਿਆ ਜਾਂਦਾ ਸੀ ਹੁਣ ਜਿਹੜਾ ਡਾਕਟਰ ਇਹ ਅਗਰ ਤੁਹਾਨੂੰ ਕੋਟੇਸ਼ਨ ਆ ਜਾਂਦੀ ਹੈ ਨਾ ਤਾਂ ਠੀਕ ਹੈ ਨਹੀਂ ਤੁਸੀਂ ਸਿੱਧਾ ਹੀ ਕਹਿ ਸਕਦੇ ਹੋ ਕਿ 1/4 ਭਾਗ ਲਿਆ ਜਾਣਾ ਸੀ ਤੇ ਕਈ ਇਤਿਹਾਸਕਾਰਾਂ ਦੇ ਅਨੁਸਾਰ 1/3 ਭਾਗ ਲਿਆ ਜਾਣਾ ਸੀ ਤੇ ਜਿਹੜਾ ਟੈਕਸ ਸੀ ਉਹ ਨਗਦੀ ਵੀ ਲੈ ਸਕਦੇ ਸੀ ਕੈਸ਼ ਦੇ ਵਿੱਚ ਵੀ ਤੇ ਉਪਸ ਦੇ ਵਿੱਚ ਵੀ ਤੇ ਭੂਮੀ ਕਰ ਤੋਂ ਇਲਾਵਾ ਛੋਟੇ ਕਿਸਾਨਾਂ ਨੂੰ ਜਰੀਵਾਨਾ ਭਾਗ ਕੀ ਪਮਾਇਸ਼ ਕਰਨ ਵਾਲਿਆਂ ਦੀ ਫੀਸ ਤੇ ਮੋਹੀਸ ਲਾਨਾ ਭਾਵ ਕਰ ਭਾਗ ਕੀ ਕਰ ਵਸੂਲ ਵਾਲਿਆਂ ਦੀ ਫੀਸ ਵੀ ਦੇਣੀ ਪੈਂਦੀ ਸੀ ਤੇ ਦੋਵੇਂ ਭੂਮੀ ਕਰ ਦੇ 20% ਤੋਂ ਲੈ ਕੇ 5% ਤੱਕ ਹੁੰਦੇ ਸੀ ਅੱਗੇ ਸੀ ਪੱਟਾ ਤੇ ਕਬੂਲੀਅਤ ਹਾਂਜੀ ਸਰਕਾਰ ਹਰੇਕ ਕਿਸਾਨ ਨੂੰ ਪੱਟਾ ਦਿੰਦੀ ਸੀ ਤੇ ਇਸ ਦੇ ਵਿੱਚ ਸਰਕਾਰ ਦਾ ਭਾਗ ਭਾਵ ਕਿ ਜੋ ਲਿਗਾਨ ਕਿਸਾਨ ਨੂੰ ਦੇਣਾ ਹੁੰਦਾ ਸੀ ਉਹ ਲਿਖਿਆ ਜਾਂਦਾ ਸੀ ਪੱਤੇ ਦੇ ਵਿੱਚ ਕੀ ਹੁੰਦਾ ਸੀ ਮੀਨਸ ਇੱਕ ਕੋਈ ਵੀ ਲਾਈਕ ਪੇਪਰ ਹੁੰਦਾ ਸੀ ਠੀਕ ਹੈ ਜਿਹਦੇ ਵਿੱਚ ਸਾਰਾ ਕੁਝ ਲਿਖਿਆ ਜਾਂਦਾ ਸੀ ਵੀ ਇਹ ਚੀਜ਼ ਆ ਵੀ ਇਹ ਭੂਮੀ ਇਹ ਤੋਂ ਇਨਾ ਟੈਕਸ ਲਿਆ ਜਾਣਾ ਠੀਕ ਹੈ ਇਹਦੇ ਵਿੱਚ ਕਿਹੜੀ ਫਸਲ ਹੋਣੀ ਉਹ ਸਾਰਾ ਵੇਰਵਾਲੀ ਕਿਹਾ ਹੁੰਦਾ ਸੀ ਪੱਟਾ ਤੇ ਕਬੂਲੀਅਤ ਉਹਨੂੰ ਅੱਗੇ ਉਹ ਜਿਹੜਾ ਕਿਸਾਨ ਉਹਨੂੰ ਸਵੀਕਾਰ ਕਰਦਾ ਸੀ ਠੀਕ ਐਕਸੈਪਟ ਕਰਦਾ ਸੀ ਕਬੂਲ ਕਰਦਾ ਸੀ ਉਹਨੇ ਪੱਟਾ ਤੇ ਕਬੂਲੀਅਤ ਪ੍ਰਵਾਨਗੀ ਦਸਖਤ ਕਰਦੇ ਸੀ ਅੱਗੇ ਕਿਸਾਨ ਉਹਦੇ ਕਲਿਆਣ ਦੇ ਲਈ ਕੀ ਕੀ ਕਾਰਜ ਕੀਤੇ ਕਿਸਾਨਾਂ ਦੀ ਭਲਾਈ ਦੇ ਲਈ ਹਾਂਜੀ ਸ਼ੇਰਸ਼ੇਸਤੂਰੀ ਨੇ ਕਿਸਾਨਾਂ ਦੀ ਭਲਾਈ ਲਈ ਬਹੁਤ ਜ਼ਿਆਦਾ ਚਿੰਤਾ ਰਹਿਦਾ ਸੀ ਉਹ ਤਾਂ ਇਸ ਦੇ ਲਈ ਉਹਨੇ ਕੁਝ ਨਿਯਮ ਬਣਾਏ ਹੋਏ ਸੀ ਵਿਸ਼ੇਸ਼ ਤਾਂ ਉਹਨੇ ਆਪਣੇ ਕਰਮਚਾਰੀਆਂ ਨੂੰ ਇਹ ਦੇਸ਼ ਰੱਖਿਆ ਹੋਇਆ ਸੀ ਕਿ ਜਿਹੜਾ ਕਿ ਲਗਾਨ ਟੈਕਸ ਨਿਸ਼ਚਿਤ ਕਰਦੇ ਸਮੇਂ ਨਰਮੀ ਦੇ ਨਾਲ ਕੰਮ ਲਵੋ ਮਤਲਬ ਕਿ ਨਰਮੀ ਦੇ ਨਾਲ ਵੀ ਜਦੋਂ ਵੀ ਕਿਸੇ ਤੋਂ ਟੈਕਸ ਨਿਸ਼ਚਿਤ ਕਰਨਾ ਵੀ ਉੱਤਮ ਭੂਮੀ ਤੋਂ ਕਿੰਨਾ ਲੈਣਾ ਟੈਕਸ ਦਰਮਿਆਨੀ ਭੂਮੀ ਤੋਂ ਕਿੰਨਾ ਲੈਣਾ ਉਸ ਸਮੇਂ ਥੋੜਾ ਠੀਕ ਹੈ ਨਰਮ ਨਰਮੀ ਦੇ ਨਾਲ ਕੰਮ ਲੈਣਾ ਬਟ ਜਦੋਂ ਟੈਕਸ ਇਕੱਠਾ ਕਰਨਾ ਫਿਰ ਨਰਮੀ ਨਹੀਂ ਦਿਖਾਉਣੀ ਫਿਰ ਮਤਲਬ ਕਿ ਉਹਨਾਂ ਤੋਂ ਲੈਣਾ ਹੀ ਲੈਣਾ ਦੇ ਖੇਤਾਂ ਦੇ ਵਿੱਚੋਂ ਲੰਘਦੇ ਆ ਸੈਨਿਕ ਫਸਲ ਨਸ਼ਟ ਨਹੀਂ ਕਰ ਸਕਦੇ ਇਹ ਵੀ ਕਿਹਾ ਹੋਇਆ ਸੀ ਤੇ ਜਾਣਬੁੱਝ ਕੇ ਜੇ ਫਸਲਾਂ ਨੂੰ ਹਾਨੀ ਪਹੁੰਚਾਉਣ ਵਾਲੇ ਸੈਨਿਕਾਂ ਨੂੰ ਦੰਡ ਵੀ ਦਿੱਤਾ ਜਾਂਦਾ ਸੀ ਤੇ ਹੜ੍ਹ ਆ ਜਾਂਦੇ ਸੀ ਜਾਂ ਅਕਾਲ ਅਕਾਲ ਪੈ ਜਾਂਦਾ ਸੀ ਤਾਂ ਉਸ ਸਮੇਂ ਕਿਸਾਨਾਂ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਹਾਇਤਾ ਵੀ ਦਿੱਤੀ ਜਾਂਦੀ ਸੀ ਹੈਲਪ ਵੀ ਕੀਤੀ ਜਾਂਦੀ ਸੀ ਅੱਗੇ ਹੋ ਜੂਗਾ ਨਿਆ ਪ੍ਰਣਾਲੀ ਦੇ ਵਿੱਚ ਕੀ ਕੀ ਸੁਧਾਰ ਕੀਤੇ ਹਾਂ ਜੀ ਨਿਆ ਸੰਗਠਨ ਨਿਆ ਦਾ ਸਭ ਤੋਂ ਵੱਡਾ ਅਧਿਕਾਰੀ ਹੁੰਦਾ ਸੀ ਸ਼ੇਰਸ਼ਾ ਖੁਦ ਆਪ ਹੁੰਦਾ ਸੀ ਸ਼ੇਰਸ਼ਾ ਸੂਰੀ ਤੇ ਇਸ ਤੋਂ ਮਗਰ ਹੁੰਦੇ ਸੀ ਕਾਜੀ ਤੇ ਹੋ ਅਪੀਲ ਸਬੰਧ ਦੇ ਮਕਦਮੇ ਸੁਣਾ ਕਰਦਾ ਸੀ ਸਰਕਾਰ ਦੇ ਵਿੱਚ ਨਿਆਂ ਦਾ ਕਾਰਜ ਸੀ ਮੁੱਖ ਸ਼ਿਕਾਧਾਰ ਤੇ ਮੁੱਖ ਮੁੰਸੀਫ ਦੇ ਜਿੰਮੇ ਸੀ ਤੇ ਮੁੱਖ ਸ਼ਿਕਾਧਾਰ ਫੌਜਦਾਰੀ ਮਕਦਮਿਆਂ ਤੇ ਮੁੱਖ ਮੁੰਸੀਫ دیਵਾਨੀ ਮਕਦਮਿਆਂ ਦਾ ਨਿਰਣਾ ਕਰਦਾ ਸੀ ਤੇ ਪ੍ਰਗਣਨੇ ਦੇ ਵਿੱਚ ਨਿਆਂ ਦੇ ਸੌਮੇ ਸੀ ਸ਼ਿਕਾਧਾਰ ਤੇ ਮੁੰਸੀਫ ਤੇ ਪਿੰਡਾਂ ਵਿੱਚ ਛੋਟੇ ਛੋਟੇ ਮੋਟੇ ਜਿਹੜੇ ਝਗੜੇ ਹੁੰਦੇ ਸੀ ਉਹਨਾਂ ਨੂੰ ਪੰਚਾਇਤ ਨੂੰ ਪਟਾਉਂਦੀ ਸੀ ਸਮਰਾਟ ਆਪ ਵੀ ਕੁਝ ਅਸਧਾਰਨ ਮਕਦਮੇ ਸੁਂਦਾ ਸੀ ਤੇ ਅਪੀਲਾਂ ਦਾ ਨਿਰਣਾ ਵੀ ਕਰਦਾ ਸੀ ਤੇ ਬੁੱਧਵਾਰ ਦੇ ਦਿਨ ਸ਼ਾਮ ਵੇਲੇ ਜਿਹੜੇ ਕਿ ਸਮਰਾਟ ਦੀ ਕਚਹਿਰੀ ਵੀ ਲੱਗਦੀ ਸੀ ਅੱਗੇ ਹੈਗਾ ਦੰਡ ਵਿਧਾਨ ਹਾਂਜੀ ਸ਼ੇਰशाह ਦੇ ਅਧੀਨ ਦੰਡਾ ਜਿਹੜੀ ਕਿ ਬਹੁਤ ਕਠੋਰ ਸੀ ਚੋਰੀ ਤੇ ਡਾਕੇ ਲਈ ਮੌਦਾ ਦੰਡਾ ਜਿਹੜੀ ਕਿ ਨਿਸ਼ਚਿਤ ਕੀਤਾ ਜਾਂਦਾ ਸੀ ਤੇ ਦੰਡ ਦੇ ਸਮੇਂ ਅਮੀਰਾਂ ਨਾਲ ਬਹੁਤ ਕਠੋਰ ਵਿਵਹਾਰ ਕੀਤਾ ਜਾਂਦਾ ਸੀ ਪਿੰਡਾਂ ਦੇ ਵਿੱਚ ਅਪਰਾਧੀਆਂ ਦਾ ਪਤਾ ਲਗਾਉਣ ਲਈ ਉਸ ਪਿੰਡ ਦਾ ਜਿਹੜਾ ਮੁਕੱਦਮੇ ਭਾਗੀ ਨੰਬਰਦਾਰ ਸੀ ਉਹਨੂੰ ਜ਼ਿੰਮੇਵਾਰ ਸਮਝਿਆ ਜਾਂਦਾ ਸੀ ਤੇ ਸ਼ੇਰशाह ਸੁਰਿਨਾ ਪ੍ਰਾਧ ਘਟ ਕਰਨ ਦੇ ਲਈ ਇੱਕ ਬਹੁਤ ਹੀ ਵਧੀਆ ਆਪਾਂ ਕਹਿ ਸਕਦੇ ਆ ਕਾਰਵਾਈ ਕੀਤੀ ਹੋਈ ਸੀ ਉਹਦੇ ਵਿੱਚ ਕੀ ਸੀ ਵੀ ਜੇ ਕਿਸੇ ਪਿੰਡ ਦਾ ਮੁਕੱਦਮ ਕਿਸੇ ਅਪਰਾਧੀ ਨੂੰ ਫੜਨ ਦੇ ਵਿੱਚ ਅਸਮਰੱਥ ਰਹਿੰਦਾ ਕਿਸੇ ਅਪਰਾਧੀ ਨੂੰ ਫੜਾਉਣ ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦਾ ਤਾਂ ਉਸ ਪਿੰਡ ਦੇ ਮੁਕੱਦਮ ਨੂੰ ਹੀ ਦੰਡ ਦਿੱਤਾ ਜਾਂਦਾ ਸੀ ਤਾਂ ਉਹ ਪੂਰੀ ਆਪਣੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦਾ ਸੀ ਤੇ ਇਸ ਕਠੋਰ ਤੇ ਨੋਖੇ ਦੇਸ਼ ਦਾ ਕਾਰਨ ਇਹ ਹੀ ਸੀ ਕਿ ਅਪਰਾਧ ਜਿਹੜੇ ਕਿ ਮੁਕੱਦਮ ਦੀ ਇੱਛਾ ਦੇ ਬਿਨਾਂ ਜਿਹੜੇ ਕਿ ਨਹੀਂ ਹੋ ਸਕਦੇ ਸੀ ਤੇ ਇਸ ਲਈ ਨਿਯਮ ਕਾਰਨ ਜਾਤਾਂ ਪ੍ਰਾਧ ਬਹੁਤ ਘੱਟ ਹੁੰਦੇ ਸੀ ਜੇ ਹੁੰਦੇ ਸੀ ਤਾਂ ਉਹ ਛੇਤੀ ਫੜ ਲਏ ਜਾਂਦੇ ਸੀ ਅੱਗੇ ਪੁਲਿਸ ਤੇ ਜਾਸੂਸ ਪ੍ਰਬੰਧ ਹਾਂਜੀ ਇਹਦੇ ਵਿੱਚ ਸੀ ਇਹ ਤੁਸੀਂ ਅਲੱਗ-ਅਲੱਗ ਵੀ ਗੱਡਸਾ ਉਹਦੇ ਪੁਲਿਸ ਸੁਧਾਰ ਤੇ ਜਾਸੂਸੀ ਸੁਧਾਰ ਸ਼ੇਰਸ਼ਾ ਸੁਰੀ ਦੇ ਸਮੇਂ ਪੁਲਿਸ ਦਾ ਕੋਈ ਵੀ ਅਲੱਗ ਡਿਪਾਰਟਮੈਂਟ ਨਹੀਂ ਸੀ ਸਥਾਪਿਤ ਕੀਤਾ ਹੋਇਆ ਸ਼ਿਕਦਾਰੇ ਸ਼ਿਕਦਾਰਾਂ ਸਰਕਾਰਾਂ ਦੇ ਵਿੱਚ ਤੇ ਸ਼ਿਕਦਾਰਾ ਜਿਹੜੇ ਕਿ ਪ੍ਰਗਨਿਆਂ ਦੇ ਵਿੱਚ ਕਾਨੂੰਨ ਆਪਣਾ ਜਿਹੜੇ ਕਿ ਬਣਾ ਦੇ ਬਣਾ ਕੇ ਰੱਖਦੇ ਸੀ ਕਾਨੂੰਨ ਵਿਵਸਥਾ ਤੇ ਪਿੰਡਾਂ ਦੇ ਵਿੱਚ ਲੋਕਾਂ ਦੀ ਸੁਰੱਖਿਆ ਦਾ ਪ੍ਰਬੰਧ ਜਿਹੜੇ ਕਿ ਮਕਦਮ ਜੇ ਜਿੰਮੇ ਹੁੰਦਾ ਸੀ ਜੇ ਕੋਈ ਅਧਿਕਾਰੀ ਚੋਰੀ ਦਾ ਮਾਲ ਫੜਨ ਦੇ ਵਿੱਚ ਅਸਫਲ ਰਹਿੰਦਾ ਸੀ ਤਾਂ ਇਹ ਮਾਲ ਉਸ ਅਧਿਕਾਰੀ ਤੋਂ ਹੀ ਲੈ ਲਿਆ ਜਾਂਦਾ ਸੀ ਜਿਸ ਇਲਾਕੇ ਦੇ ਵਿੱਚ ਚੋਰੀ ਹੋ ਜਾਂਦੀ ਸੀ ਤਾਂ ਇਸ ਤਰੀਕੇ ਨਾਲ ਜਿਹੜੇ ਕਿ ਮਕਦਮ ਉਹਨੂੰ ਹੀ ਉਹਨਾਂ ਲੱਗਦਾ ਸੀ ਵੀ ਅਗਰ ਮੈਂ ਜ਼ਿੰਮੇਵਾਰ ਹੋਵਾਂਗਾ ਸਾਰੀ ਚੀਜ਼ ਦੇ ਲਈ ਅਗਰ ਮੈਂ ਜਿਹੜੇ ਕਿ ਕਿਸੇ ਅਪਰਾਧੀ ਨੂੰ ਫੜਨ ਦੇ ਵਿੱਚ ਨਾਕਾਮਜੋਗ ਹੋ ਗਿਆ ਜਿਸ ਕਰਕੇ ਉਹ ਵੀ ਆਪਣੀ ਪੂਰੀ ਸਟ੍ਰਿਕਨੈਸ ਰੱਖਦੇ ਸੀ ਵੀ ਕੋਈ ਵੀ ਅਪਰਾਧ ਨਾ ਹੋਵੇ ਤਾਂ ਅੱਗੇ ਤੋਂ ਤਾਂ ਜਿਹੜੇ ਕਿ ਸ਼ਿਰਸ਼ਾ ਸੂਰੀ ਵੱਲੋਂ ਤਾਂ ਇਹ ਚੀਜ਼ ਤੇ ਰੋਕ ਹੈਂ ਕਿਉਂ ਸੀ ਤਾਂ ਕਰਕੇ ਜਿਹੜੇ ਕਿ ਉਸ ਸਮੇਂ ਦੇ ਵਿੱਚ ਬਹੁਤ ਘੱਟ ਚੋਰੀਆਂ ਹੁੰਦੀ ਸੀ ਤੇ ਲੋਕ ਬਿਨਾਂ ਕਿਸੇ ਡਰ ਤੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੇ ਸੀ ਜਾਸੂਸ ਵਿਭਾਗ ਹਾਂਜੀ ਸ਼ਿਰਸ਼ਾ ਸੂਰੀ ਨੇ ਗੁਪਤ ਚਾਰਵੀ ਵਿਭਾਗ ਵੀ ਬਹੁਤ ਹੀ ਵਧੀਆ ਢੰਗ ਦੇ ਨਾਲ ਇਹਦੇ ਵਿੱਚ ਸੁਧਾਰ ਕੀਤੇ ਹੋਏ ਸੀ ਤਾਂ ਇਹਦੇ ਲਈ ਉਹਨੇ ਜਿਹੜੇ ਕਿ ਜਾਸੂਸੀ ਵਿਭਾਗ ਇੱਕ ਵਿਸ਼ੇਸ਼ ਯੋਗਦਾਨ ਵਾਲਾ ਬਣਾਇਆ ਹੋਇਆ ਸੀ ਗੁਪਤਚਾਰਾਂ ਨੂੰ ਦੇਸ਼ ਦੇ ਅਲੱਗ-ਅਲੱਗ ਸਥਾਨਾਂ ਤੇ ਨਿਯੁਕਤ ਕਰਦਾ ਸੀ ਉਹ ਤੇ ਸ਼ਿਰਸ਼ਾਸੂਰੀ ਨੂੰ ਰਾਜ ਦੇ ਵਿੱਚ ਜਿੰਨੀਆਂ ਵੀ ਵਾਪਰਨ ਵਾਲੀਆਂ ਘਟਨਾਵਾਂ ਆਉਂਦੀਆਂ ਸੀ ਸਾਰੇ ਹੀ ਗੁਪਤ ਜਿਹੜਾ ਇਹ ਵਿਭਾਗ ਆ ਉਹ ਪਹੁੰਚਾਉਂਦਾ ਰਹਿੰਦਾ ਸੀ ਜਾਣਕਾਰੀ ਲੋਕ ਭਲਾਈ ਦੇ ਲਈ ਕੀ ਕੀ ਸੁਧਾਰ ਕੀਤੇ ਕੀ ਕੀ ਕਾਰਜ ਕੀਤੇ ਸ਼ੇਰਸ਼ਾ ਸੁਰੀ ਨੇ ਆਪਣੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਬਹੁਤ ਬੜਾ ਬਹੁਤ ਹੀ ਜਿਹੜੀ ਕਿ ਨੇ ਪ੍ਰਸਿੱਧੀ ਲਈ ਹੈ ਤਾਂ ਉਹਨੇ ਪਰਜਾ ਦੀ ਭਲਾਈ ਦੇ ਲਈ ਦੇਸ਼ ਭਰ ਦੇ ਵਿੱਚ ਕਈ ਪ੍ਰਸਿੱਧ ਸੜਕਾਂ ਬਣਾਈਆਂ ਨੇ ਜੀਟੀ ਰੋਡ ਸਭ ਤੋਂ ਵੱਧ ਪ੍ਰਸਿੱਧਾ ਤੇ ਇਹ ਕਲਕੱਤੇ ਤੋਂ ਪਿਸ਼ਾਵਰ ਤੱਕ ਫੈਲੀ ਹੋਈ ਸੀ ਤੇ ਜਿਹਦੀ ਲੰਬਾਈ ਸੀ 1500 ਤੇ ਇਹ ਸੜਕ ਦੇ ਕਿਨਾਰੇ ਫਲਦਾਰ ਤੇ ਸ਼ਾਨਦਾਰ ਰੁੱਖ ਵੀ ਲਗਵਾਏ ਗਏ ਸੀ ਤਾਂ ਕਿ ਯਾਤਰੀ ਜਿਹੜੀ ਕਿ ਆਰਾਮ ਕਰ ਸਕਣ ਤੇ ਇਸ ਤੋਂ ਇਲਾਵਾ ਯਾਤਰੀਆਂ ਦੇ ਆਰਾਮ ਕਰਨ ਲਈ 1700 ਸ਼ਰਾਮਾਂ ਵੀ ਬਣਾਈਆਂ ਗਈਆਂ ਹੋਣ ਬਣਾਈਆਂ ਹੋਣੀਆਂ ਸੀ ਠੀਕ ਹੈ ਤੇ ਇਹਨਾਂ ਦੇ ਵਿੱਚ ਹਿੰਦੂ ਤੇ ਮੁਸਲਮਾਨਾਂ ਦਾ ਰਹਿਣ ਤੇ ਉਹਨਾਂ ਦਾ ਭੋਜਨ ਦਾ ਅਲੱਗ-ਅਲੱਗ ਪ੍ਰਬੰਧ ਕੀਤਾ ਜਾਂਦਾ ਸੀ ਤੇ ਸ਼ੇਰ ਸ਼ਾਹ ਸੂਰੀ ਕਦਾਨੀ ਸੁਲਤਾਨ ਸੀ ਉਹਨੇ ਗਰੀਬ ਗਰੀਬਾਂ ਵਿਧਵਾ ਸਿੱਖਿਆ ਸੰਸਥਾਵਾਂ ਤੇ ਵਿਦਵਾਨਾਂ ਨੂੰ ਦਿਲ ਖੋਲ ਕੇ ਜਿਹੜੇ ਕੀ ਦਾਨ ਦਿੱਤਾ ਹੋਇਆ ਸੀ ਵਪਾਰ ਨੂੰ ਉਤਸ਼ਾਹ ਕਰਨ ਲਈ ਸ਼ੇਰ ਸ਼ਾਹ ਸੂਰੀ ਨੇ ਦੇਸ਼ ਦੇ ਵਿੱਚ ਅਰਥਵਿਵਸਥਾ ਨੂੰ ਸੁਧਾਰਨ ਲਈ ਵਪਾਰ ਨੂੰ ਵੀ ਉਤਸ਼ਾਹਿਤ ਕੀਤਾ ਤੇ ਇਸ ਦੇ ਲਈ ਉਹਨੇ ਇੱਕ ਨਿਸ਼ਚਿਤ ਅਨੁਪਾਤ ਵਾਲੇ ਸਿੱਕੇ ਚੁਲਾਈ ਠੀਕ ਹੈ ਤੇ ਸੜਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਉਹਨੇ ਸਮਗਲਿੰਗ ਨੂੰ ਰੋਕਿਆ ਠੀਕ ਹੈ ਮਤਲਬ ਕਿ ਅਗਰ ਕੋਈ ਵੀ ਸਮਗਰਿੰਗ ਲਿੰਗ ਹੋ ਤੇ ਵਪਾਰੀਆਂ ਨੂੰ ਕੋਈ ਜਹ ਨਾਪ ਤੋਲ ਦੇ ਪਮਾਨੇ ਦੀ ਵਰਤੋਂ ਕਰਨ ਲਈ ਕਿਹਾ ਤਾਂ ਕਿ ਕਿਸੇ ਵੀ ਤਰੀਕੇ ਦੇ ਕੋਈ ਵੀ ਘਾਟਵਾਦ ਨਾ ਹੋਵੇ ਤੇ ਜਿਹੜਾ ਚੁੰਗੀਕਾਰ ਸੀ ਟੋਲ ਟੋਲ ਟੈਕਸ ਸੀ ਉਹਨੂੰ ਵੀ ਘਟਾਇਆ ਤਿੰਨਾ ਕਰਕੇ ਸ਼ੇਰ ਸ਼ਾਹ ਸੂਰੀ ਦੇ ਸਮੇਂ ਜਿਹੜਾ ਵਪਾਰ ਕਾਫੀ ਜ਼ਿਆਦਾ ਉન્નਤ ਹੋਇਆ ਮੁਦਰਾ ਪ੍ਰਣਾਲੀ ਸ਼ੇਰ ਸ਼ਾਹ ਸੂਰੀ ਤੋਂ ਪਹਿਲਾਂ ਭਾਰ ਦੇ ਵਿੱਚ ਜਿਹੜੀ ਕਿ ਮੁਦਰਾ ਪ੍ਰਣਾਲੀ ਕਾਫੀ ਜ਼ਿਆਦਾ ਦੋਸ਼ਪੂਰਨ ਸੀ ਮਤਲਬ ਕਿ ਜਿਹੜਾ ਰੁਪਿਆ ਉਹ ਸ਼ਿਰਸ਼ਾ ਸੂਰਿਣੀ ਚਲਾਇਆ ਸੀ ਤੇ ਸਿੱਕਿਆਂ ਦੇ ਵਿੱਚ ਧਾਤੂਆਂ ਦਾ ਅਨੁਪਾਤ ਵੀ ਕੋਈ ਨਿਸ਼ਚਿਤ ਨਹੀਂ ਸੀ ਖੋਟੇ ਸਿੱਕੇ ਜਾਦੇ ਮਾਤਰਾ ਦੇ ਵਿੱਚ ਚੱਲੇ ਪ੍ਰਚਲਿਤ ਸੀ ਤਾਂ ਸ਼ਿਰਸ਼ਾ ਸੂਰਿਣੀ ਇਸ ਦੇ ਵਿੱਚ ਇਤਿਹਾਰ ਕਰਨ ਵਾਲੇ ਸੋਚਿਆ ਤਾਂ ਉਹਨੇ ਮਿਸ਼ਰਤ ਧਾਤੂਆਂ ਦੇ ਸਿੱਕਿਆਂ ਦਾ ਪ੍ਰਚਲਨ ਬੰਦ ਕਰਕੇ ਇੱਕ ਨਿਸ਼ਚਿਤ ਧਾਤੂ ਦੇ ਸਿੱਕੇ ਚਲਾਏ ਸਿੱਕਿਆਂ ਦੇ ਵਿੱਚ ਧਾਤੂ ਦੇ ਤੋਲ ਦੀ ਕੁ ਮਾਤਰਾ ਨਿਸ਼ਚਿਤ ਕੀਤੀ ਜਿਵੇਂ ਚਾਂਦੀ ਦੇ ਸਿੱਕੇ ਨੇ 180 ਗ੍ਰੇਨ ਦਾ ਸੀ ਤੇ 175 ਗ੍ਰੇਨ ਦੀ ਨਾਰਮਲ ਚਾਂਦੀ ਸੀ ਤੇ ਤਾਂੰਬੇ ਦਾ ਸਿੱਕਾ 300 ਗ੍ਰੇਨ ਨਿਸ਼ਚਿਤ ਕੀਤਾ ਗਿਆ ਤਾਂ ਸ਼ੇਰਸ਼ਾ ਸੂਰੀ ਨੇ ਚਾਂਦੀ ਦੇ ਰੁਪਏ ਨੂੰ ਹੀ ਸ਼ਾਇਦ ਅੱਗੇ ਚੱਲ ਕੇ ਸਾਰੇ ਸ਼ਾਸਕਾਂ ਨੇ ਜਿਹੜੇ ਕੀ ਮਾਨਤਾ ਦਿੱਤੀ ਸੀ ਮਤਲਬ ਕਿ ਜਿਹੜਾ ਸ਼ੇਰਸ਼ਾ ਸੂਰੀ ਨੇ ਚਾਂਦੀ ਦਾ ਰੁਪਿਆ ਚਲਾਇਆ ਸੀ ਉਹੀ ਅੱਗੇ ਸ਼ਾਸਕਾਂ ਨੇ ਜਿਹੜੇ ਕੀ ਚਲਾਉਂਦੇ ਰਹੇ ਨੇ ਤੇ ਸ਼ੇਰਸ਼ਾ ਸੂਰੀ ਦੁਆਰਾ ਚਲਾਏ ਗਏ ਸਿੱਕਿਆਂ ਦਾ ਆਕਾਰ ਗੋਲ ਤੇ ਵਰਗਾਕਾਰ ਸੀ ਤੇ ਸਿੱਕਿਆਂ ਦੇ ਨਿਰਮਾਣ ਦੇ ਲਈ ਉਹਨੇ 7 ਤੋਂ ਵੱਧ ਜਿਹੜੇ ਕੀ 7 ਤੋਂ ਵਧਾ ਕੇ 23 ਟਕਸਾਲਾ ਕਾਇਮ ਕੀਤੀਆਂ ਮਤਲਬ ਕਿ ਟਕਸਾਲ ਹੁੰਦੀ ਜਿੱਥੇ ਸਿੱਕੇ ਘੜੇ ਜਾਂਦੇ ਨੇ ਤਾਂ ਪਹਿਲਾਂ 7 ਸੀ 7 ਤੋਂ ਵਧਾ ਕੇ ਇਹਨਾਂ 23 ਕਰਤੀਆਂ ਤੇ ਜਨ ਸਧਾਰਨ ਦੀ ਸਹੂਲਤ ਲਈ ਉਹਨੇ ਚਾਂਦੀ ਅਤੇ ਤਾਂਬੇ ਦੇ ਅੱਧੇ ਚੌਥਾਈ 8ਵੇਂ ਤੇ 16ਵੇਂ ਭਾਗ ਦੇ ਸਿੱਕੇ ਜਾਰੀ ਕੀਤੇ ਸੈਨਿਕ ਪਰਵਾਂ ਦੇ ਵਿੱਚ ਸੈਨਾ ਸੰਗਠਨ ਸ਼ੇਰ ਸ਼ਾਹ ਸੂਰ ਨੇ ਇੱਕ ਵਿਸ਼ਾਲ ਸਥਾਈ ਸੈਨਾ ਦਾ ਸੰਗਠਨ ਕੀਤਾ ਤੇ ਇਹ ਸੈਨਾ ਜਿਹੜੇ ਰਾਜਸਥਾਨ ਰਾਜਸਥਾਨੀ ਦੇ ਵਿੱਚ ਰਹਿੰਦੀ ਸੀ ਤੇ ਜਿਹਦੇ ਵਿੱਚ 1.5 ਲੱਖ ਘੋੜਸਵਾਰ 25000 ਅਗਰ ਤੁਹਾਨੂੰ ਇਹ ਨਹੀਂ ਯਾਦ ਹੁੰਦੇ ਵੀ ਕਿੰਨੇ ਲੱਖ ਕੀ ਸੀ ਕਿੰਨੇ ਹਜ਼ਾਰ ਸੀ ਤੁਸੀਂ ਇੱਧੇ ਕਹਿ ਸਕਦੇ ਹੋ ਕਿ ਇਹਦੇ ਵਿੱਚ ਘੋੜਸਵਾਰ ਪੈਦਲ ਸੈਨਿਕ ਤੇ ਹਾਥੀ ਸੀ ਭਰਤੀ ਸੰਬੰਧੀ ਨਿਯਮ ਸ਼ੇਰ ਸ਼ਾਹ ਤੁਲੀ ਨੇ ਸੈਨਿਕ ਜਿਹੜੇ ਕਿ ਆਪ ਖੁਦ ਭਰਤੀ ਕਰਦਾ ਸੀ ਤੇ ਯੋਗਤਾ ਦੇ ਅਕੋਰਡਿੰਗ ਉਹਨਾਂ ਨੂੰ ਜਿਹੜੇ ਕਿ ਉਹਨਾਂ ਦਾ ਪੇ ਫਿਕਸ ਸੀ ਤੇ ਸੈਨਿਕਾਂ ਤੇ ਸੈਨਿਕਾਂ ਨੂੰ ਵਿਸ਼ੇਸ਼ ਪਦਵੀਆਂ ਦੇਣ ਦਾ ਵੀ ਜਿਹੜੇ ਕਿ ਕਾਰਜ ਉਹਨਾਂ ਦੇ ਹੱਥਾਂ ਦੇ ਵਿੱਚ ਸੀ ਤੇ ਸੈਨਿਕਾਂ ਨੂੰ ਇਹ ਦੇਸ਼ ਦੀ ਕਿਉ ਰਾਜੇ ਦੀਆਂ ਆਗਿਆਵਾਂ ਨੂੰ ਜਿਹੜੀਆਂ ਵੀ ਨੇ ਆਰਡਰ ਉਹਨਾਂ ਨੂੰ ਪਹੁੰਚ ਦੇਣ ਉਸ ਤੋਂ ਅੱਗੇ ਦਾਗ ਅਤੇ ਚਿਹਰਾ ਪ੍ਰਣਾਲੀ ਹਾਂਜੀ ਜਿਵੇਂ ਅਲਾਉਦੀਨ ਖਿਲਦੀ ਨੇ ਚਲਾਇਆ ਹੋਇਆ ਸੀ ਦਾਗ ਤੇ ਚਿਹਰਾ ਮਤਲਬ ਕਿ ਸਾਰਾ ਹੂਲੀਆ ਰਿਕਾਰਡ ਰੱਖਿਆ ਜਾਂਦਾ ਸੀ ਤੇ ਜਿਹੜੇ ਕੋਡ ਹੁੰਦੇ ਸੀ ਸੈਨਾ ਦੇ ਵਿੱਚ ਹੁੰਦੇ ਸੀ ਉਹਨਾਂ ਤੇ ਦਾਗ ਲਗਾਏ ਜਾਂਦੇ ਸੀ ਉਹਨਾਂ ਤੇ ਇੱਕ ਸਾਈਨ ਲਗਾਇਆ ਜਾਂਦਾ ਸੀ ਮੋਹਰ ਦੀ ਤਰ੍ਹਾਂ ਤਾਂ ਐਵੇਂ ਜਿਹੜੇ ਕਿ ਸ਼ੇਰਸ਼ਾ ਸੂਰੀ ਨੇ ਵੀ ਘੋੜਿਆਂ ਦੇ ਦਾਗ ਤੇ ਚਿਹਰੇ ਤੇ ਪ੍ਰਥਾਵਾਂ ਨੂੰ ਮੋੜ ਸ਼ੁਰੂ ਕੀਤਾ ਸੈਨਾ ਦੇ ਹਰੇਕ ਘੋੜੇ ਨੂੰ ਦਾਗਿਆ ਜਾਂਦਾ ਸੀ ਉਹਤੇ ਮਤਲਬ ਕਿ ਕੋਈ ਨਾ ਕੋਈ ਉਹਤੇ ਜਿਵੇਂ ਮੋਹਰ ਹੁੰਦੀ ਹੈ ਸਟੈਂਪ ਉਵੇਂ ਲਗਾਈ ਜਾਂਦੀ ਸੀ ਤੇ ਹਰੇਕ ਸੈਨਿਕ ਦਾ ਪੂਰਾ ਹੂਲੀਆ ਦਰਜ ਕੀਤਾ ਜਾਂਦਾ ਸੀ ਇੱਕ ਰਜਿਸਟਰ ਦੇ ਵਿੱਚ ਸੈਨਿਕ ਦਾ ਨਾਮ ਉਹਦਾ ਕੱਦ ਉਹਦੀ ਉਮਰ ਠੀਕਾ ਉਹਦੇ ਪਿਤਾ ਦਾ ਨਾਮ ਇਹ ਸਾਰਾ ਕੁਝ ਦਰਜ ਕਰ ਲਿਆ ਜਾਂਦਾ ਸੀ ਤਾਂ ਕਿ ਜਿਹੜੇ ਵੀ ਜਾਲੀ ਘੋੜੇ ਨੇ ਉਹ ਉਹਨਾਂ ਦੇ ਤੇ ਜਾਲੀ ਸੈਨਿਕਾਂ ਜਿਹੜੇ ਕਿ ਨਾਂ ਸੈਨਾ ਦੇ ਵਿੱਚ ਭਰਤੀ ਹੋ ਸਕਣ ਤੇ ਜਿਹੜੇ ਵੀ ਕੋਈ ਬਾਹਰੋਂ ਮਤਲਬ ਕਿ ਇਹ ਨਹੀਂ ਸੀ ਵੀ ਕੋਰਸ ਵਾਰ ਸੈਨਾ ਦੇ ਵਿੱਚ ਕੋਈ ਬਾਹਰੋਂ ਐਂਟਰ ਹੋ ਸਕਦਾ ਸੀ ਉਹਦਾ ਪੂਰਾ ਜਿਹੜੇ ਕਿ ਰਿਕਾਰਡ ਹੋਣ ਦੇ ਕਰਕੇ ਸਾਰਾ ਪਦਰਾ ਨਾ ਸੀ ਵੀ ਇਹ ਜਿਹੜੇ ਕਿ ਸਰਕਾ ਸ਼ੇਰ ਸ਼ਾਹ ਸੂਰੀ ਦੇ ਨੇ ਇਹ ਕਿਤੋਂ ਬਾਹਰੋਂ ਆਏ ਹੋਏ ਨੇ ਠੀਕ ਹੈ ਵੀ ਜਾਲੀ ਉਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਬੇਈਮਾਨੀ ਨਹੀਂ ਹੋ ਸਕਦੀ ਸੀ ਕਠੋਰਨ ਸ਼ਾਸਨ ਸ਼ੇਰ ਸ਼ਾਹ ਦੀ ਸੈਨਾ ਦਾ ਅਨੁਸ਼ਾਸਨ ਹੀ ਬਹੁਤ ਜ਼ਿਆਦਾ ਕਠੋਰ ਸੀ ਸੈਨਿਕਾ ਨੂੰ ਫਸਲ ਨਸ਼ਟ ਨਹੀਂ ਕਰ ਸਕਦੇ ਸੀ ਸੈਨਿਕਾ ਜੇ ਉਹ ਕਰਦੇ ਸੀ ਉਹਨਾਂ ਨੂੰ ਕਠੋਰਦਾਨ ਦਿੱਤਾ ਜਾਂਦਾ ਸੀ ਤੇ ਅਨੁਸ਼ਾਸਨ ਵੀ ਸੀ ਉਹਨਾਂ ਦੇ ਵਿੱਚ ਪਰ ਜਹਤਕਾਰੀ ਵੈਸੇ ਆਪਾਂ ਪੁਆਇੰਟ ਕਰ ਲਿਆ ਪਹਿਲਾਂ ਲੋਕ ਭਲਾਈ ਦੇ ਕਾਰਜ ਜਿਹਦੇ ਵਿੱਚ ਸੜਕਾਂ ਬਣਾਈਆਂ ਤੁਸੀਂ ਇਹਨੂੰ ਦੁਬਾਰਾ ਰੀਡ ਕਰ ਸਕਦੇ ਹੋ ਪੁਆਇੰਟਾਂ ਦੇ ਵਿੱਚ ਹੁਣ ਠੀਕ ਹੈ ਪਹਿਲਾਂ ਆਪਾਂ ਨੇ ਇਕੱਠਾ ਪੁਆਇੰਟ ਕਰ ਲਿਆ ਇਕੱਠੇ-ਇਕੱਠੇ ਵੀ ਲਿਖ ਸਕਦੇ ਹੋ ਤੁਸੀਂ ਸ਼ਰਾਮਾ ਬਣਾਈਆਂ ਠੀਕ ਹੈ ਡਾਰਕ ਵਾਸਤਾ ਬਣਾਈ ਉਹਨੇ ਡਾਰਕ ਇੱਕ ਤਾਂ ਤੋਂ ਦੂਜੀ ਤਾਂ ਤੇ ਲੈ ਕੇ ਜਾਣ ਲਈ ਦੋ ਘੋੜੇ ਤੇ ਘੋੜਸਵਾਰ ਤਿਆਰ ਕੀਤੇ ਗਏ ਸੀ ਤੇ ਇਸ ਤੋਂ ਇਲਾਵਾ ਸਿੱਖਿਆ ਪ੍ਰਬੰਧ ਵੀ ਠੀਕ ਹੈ ਤੇ ਦਾਨ ਤੇ ਲੰਗਰ ਇਹਨਾਂ ਨੂੰ ਤੁਸੀਂ ਅਲੱਗ-ਅਲੱਗ ਪੁਆਇੰਟ ਵੀ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਇਕੱਠਾ ਕਰਵਾਇਆ ਸੀ ਤੁਸੀਂ ਇਕੱਠਾ ਵੀ ਕਰ ਸਕਦੇ ਹੋ ਹਾਂਜੀ ਐਵੇਂ ਵਿ ਇਕੱਠਾ ਕੇਂਦਰੀ ਸ਼ਾਸਨ ਪ੍ਰਬੰਧ ਠੀਕ ਹੈ ਉਸ ਤੋਂ ਬਾਅਦ ਸਰਕਾਰਾਂ ਦਾ ਪ੍ਰਬੰਧ ਪਰਗਨਿਆਂ ਦਾ ਪ੍ਰਬੰਧ ਪਿੰਡਾਂ ਦਾ ਪ੍ਰਬੰਧ ਨਿਆ ਪ੍ਰਬੰਧ ਦੇ ਛੋਟੇ-ਛੋਟਾ ਪੁਲਿਸ ਪ੍ਰਬੰਧ ਜਾਸੂਸੀ ਭਾਗ ਲੋਪਲਾਈ ਦੇ ਕੰਮ ਵਪਾਰ ਨੂੰ ਉਤਸ਼ਾਹ ਅਨਸ ਐਂਡ ਇਹਦੇ ਵਿੱਚ ਤੁਸੀਂ ਸਿੱਟਾ ਕੱਢ ਦੇਣਾ ਮਤਲਬ ਕਿ ਜੋ ਆਪਾਂ ਨੇ ਕੀਤਾ ਉਹਨੂੰ ਬਰੀਫਲੀ ਸਮ ਅਪ ਕਰਕੇ